ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਦਾ ਸੂਬਾ ਜਨਨ ਸਕਤਰ ਸਰਮਨ ਸਿੰਘ ਪੰਦੇਰ ਬੋਲਦਾ ਜੀ ਅਸੀਂ ਦਿੱਲੀ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਆਏ ਹੋਏ ਹਾਂ ਸਾਡੀ ਜਥੇਬੰਦੀ ਦਾ ਧਰਨਾ ਪਿਛਲੇ 29 ਤਰੀਕ ਤੋਂ ਚੱਲ ਰਿਹਾ ਵਾ ਤੇ ਅੱਜ ਉਹਨੂੰ 17ਵਾਂ ਦਿਨ ਹੋ ਗਿਆ ਵਾ ਇਹ ਤੋਂ ਘਾ ਪੂਰੀ ਦਿੱਲੀ ਦੇ ਵਿੱਚ ਚਾਰਸ਼ਮੇਰੇ ਕਿਸਾਨਾਂ ਮਜ਼ਦੂਰਾਂ ਆਮ ਲੋਕਾਂ ਨੇ ਕੇਰੀ ਹੋਈ ਆ ਉਹਦੇ ਮੁੱਖ ਮੰਗਾਂ ਨੇ ਖੇਤੀ ਦੇ ਤਿੰਨ ਕਾਨੂੰਨ ਵਾਪਸ ਲੈਣਾ ਬਿਜਲੀ ਸੋਤ ਬਿਲ ਪਰਾਲੀ ਵਾਲਾ ਐਕਟ ਤੇ ਜਿਹੜੀਆਂ ਸਾਰੀਆਂ ਫਸਲਾਂ ਦੀ ਖਰੀਦ ਦੀ ਸਰਕਾਰੀ ਖਰੀਦ ਦੀ ਗਾਰੰਟੀ ਤੇ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਭਾਅ ਦਿੱਤੇ ਜਾਣ ਇਹ ਮੰਗਾਂ ਨੂੰ ਲੈ ਕੇੜਾ ਅੰਦੋਲਨ ਚੱਲ ਰਿਹਾ ਵਾ ਇਹਦੇ ਨਾਲ ਜਿਹੜੀ ਕੇਂਦਰ ਸਰਕਾਰ ਹੁਣ ਕੀ ਕਰ ਰਹੀ ਆ ਕਿ ਜਿੱਥੇ ਅੰਦੋਲਨ ਐ ਪੂਰੀ ਤਰ੍ਹਾਂ ਜੈਮਰ ਲੱਗੇ ਹੋਏ ਨੈਟ ਪੂਰੀ ਤਰ੍ਹਾਂ ਜਾਮ ਕੀਤਾ ਹੋਇਆ ਵਾ ਇਹ ਤੋਂ ਗਾਹਾਂ ਜਿਹੜੇ ਇੱਥੇ ਦਿੱਲੀ ਦਿੱਲੀ ਦੇ ਅੰਦਰ ਸਾਡਾ ਤਰ ਨਾੜਾ ਵਾ ਕੁੰਡਲੀ ਸਿੰਘੂ ਬਾਰਡਰ ਜਿਹੜਾ ਵਾ ਉਹ ਦਿੱਲੀ ਦੇ ਅੰਦਰ ਚੱਲ ਰਿਹਾ ਵਾ ਉਹ ਇੱਕ ਚਰਾਹਾ ਵਾ ਉੱਤੇ ਕਾਫੀ ਵੱਡੀ ਟ੍ਰੈਫਿਕ ਜਿਹੜੀ ਆਪਣੀ ਜਥੇਬੰਦੀ ਨੇ ਜਾਮ ਕੀਤੀ ਹੋਈ ਆ ਉਦੋਂ ਕਾ ਲੱਗ ਗਏ ਇੱਥੇ ਦਿੱਲੀ ਸਰਕਾਰ ਦਾ ਏਰੀਆ ਹੁੰਦਾ ਬਿਜਲੀ ਗੁੱਲ ਰਹਿੰਦੀ ਆ ਸਵੇਰ ਲੋਕਾਂ ਨੂੰ ਪਾਣੀ ਦੀ ਸਮੱਸਿਆ ਬਾਥਰੂਮ ਕਰਨ ਦੀ ਸਮੱਸਿਆ ਵੀ ਇੱਥੇ ਵੱਡੇ ਪੱਧਰ ਤੇ ਆ ਰਹੀ ਆ ਹਾਂ ਜਿੱਥੇ ਜਿੱਥੇ ਵੀ ਅਸੀਂ ਤਰਨੇ ਮਜਾਰੇ ਕਰ ਰਹੇ ਹਾਂ ਕਿਉਂਕਿ ਕਿਲੋਮੀਟਰਾਂ ਤੱਕ ਸਾਡਾ ਇੱਕ ਖੰਡਾਵਾ ਦੋ ਦੋ ਢਾਈ ਢਾਈ ਕਿਲੋਮੀਟਰ ਤੇ ਇਹਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਮੱਸਿਆ ਤਾਂ ਕੁਝ ਆਉਂਦੀਆਂ ਹੋਣ ਗਿਆ ਬਾਹਰ ਅੰਦਰ ਜਾਣ ਦੀਆਂ ਉੱਥੇ ਜਿਹੜੀ ਫੈਕਟਰੀ ਦੀ ਸਮੱਸਿਆ ਉਹ ਕੋ ਮਾਲ ਕੱਚਾ ਪਰ ਕੇਂਦਰ ਕੀ ਕਰ ਰਿਹਾ ਇੱਤਰ ਲੋਕਲ ਹਿੰਦੀ ਦੀਆਂ ਖਬਰਾਂ 'ਚ ਕੁਛ ਥੋੜੇ ਬੋਤੇ ਪ੍ਰਚਾਰ ਮਾਧਮ ਉਹ ਇਹ ਸਾਰਾ ਠਿਕਰਾ ਕਿਸਾਨਾਂ ਸਿਰ ਭੰੜ ਰਿਹਾ ਵੀ ਕਿਸਾਨ ਇਹਦੇ ਲਈ ਜ਼ਿੰਮੇਵਾਰ ਆ ਕਿਉਂ ਅਸੀਂ ਜ਼ਿੰਮੇਵਾਰ ਅਸੀਂ 4 ਮਹੀਨੇ ਤੋਂ ਅੰਦੋਲਣ ਲੜ ਰਹੇ ਹਾਂ ਇੱਥੇ 1 ਮਹੀਨਾ ਪਹਿਲਾਂ ਐਲਾਨ ਕਰਕੇ ਆਏ ਆ ਸਾਨੂੰ ਦਿੱਲੀ ਜਾਣ ਤੋਂ ਅੱਗੇ ਜੰਤਰ ਮੰਤਰ ਜਾਂ ਹੋਰ ਨਾ ਖੋਲੀਆਂ ਤਾਂ ਰੋਕਿਆ ਕਿੰਨੇ ਆ ਮੋਦੀ ਜੀ ਨੇ ਰੱਖਿਆ ਮਾਰਕੀਟਿੰਗ ਕਰਕੇ ਸੋ ਇਹਦੇ ਵਾਸਤੇ ਕੇਂਦਰ ਜ਼ਿੰਮੇਵਾਰ ਆ ਅੱਜ ਸਾਰੇ ਸਾਡੀਆਂ ਮੰਗਾ ਮੰਨ ਲੈਣਾ ਅੱਜ ਅਸੀਂ ਵਾਪਸ ਉਹਨੂੰ ਤੇ ਆ ਰਹੇ ਹਾਂ ਹਾਂ ਇਹਦੇ ਨਾਲ ਕੱਲ ਜਿਹੜੇ ਰੱਖਿਆ ਮੰਤਰੀ ਦਾ ਬਿਆਨ ਆਇਆ ਵੀ ਸਾਡੇ ਜਿਹੜੇ ਖੇਤੀ ਕਾਨੂੰਨ ਆ ਉਹ ਮਾਂ ਵਰਗੇ ਆ ਲੋਕਾਂ ਨੂੰ ਮੋਸ਼ਨਲ ਬਲੈਕਮੇਲ ਕਰਦੇ ਆ ਸਗੋਂ ਇਹ ਹੋਣਾ ਚਾਹੀਦਾ ਵੀ ਕਿਸਾਨਾਂ ਦੀ ਮਾਂ ਵਰਗੀ ਜ਼ਮੀਨ ਤੇ ਖੇਤੀ ਮੰਡੀ ਜਿੱਥੇ ਨਾਲ ਸਾਡਾ ਢਿੱਡ ਪੂਰਤੀ ਹੁੰਦੀ ਆ ਉਹ ਕਾਰਪੋਰੇਟ ਘਰਾਣਿਆਂ ਨੇ ਹਵਾਲੇ ਕਰ ਲਈ ਜਿਹੜਾ ਅੱਡੀ ਚੋਟੀ ਦਾ ਜੋਰ ਲਾਇਆ ਜਾ ਰਿਹਾ ਔਰ ਇਹ ਤੋਂ ਕਾ ਕੇਂਦਰ ਦੇ ਮੰਤਰੀ ਜਿਹੜੇ ਨੇ ਉਹ ਲਗਾਤਾਰ ਦੇਸ਼ ਨੂੰ ਗੁੰਮਰਾਹ ਕਰਨ ਦਾ ਬਿਆਨ ਦੇ ਰਹੇ ਨੇ ਮੋਦੀ ਜੀ ਕਿਸਾਨਾਂ ਮਜ਼ਦੂਰਾਂ ਨਾਲ ਗੱਲ ਕਰਨ ਨੂੰ ਬਿਲਕੁਲ ਤਿਆਰ ਨਹੀਂ ਤੁਸੀਂ ਕਹੋਗੇ ਮੀਡੀਆ ਚ ਆ ਰਿਹਾ ਵੀ ਅਸੀਂ ਤਾਂ ਗੱਲ ਕਰਨਾ ਚਾਹੁੰਦੇ ਉਹ ਸਿਰਫ ਏਸੇ ਕਰਕੇ ਮੀਡੀਆ 'ਚ ਗੱਲਾਂ ਕਰ ਰਹੇ ਨੇ ਵੀ ਜਿਹੜੇ ਭਾਰਤ ਦੇ ਵੱਡੇ ਹਿੱਸੇ ਨੂੰ ਬਦਨਾਮ ਜਿਹੜਾ ਉਹਦੇ ਵਿੱਚ ਕਿਸਾਨ ਆਗੂਆਂ ਦੀ ਬਦਨਾਮੀ ਕਿਵੇਂ ਕੀਤੀ ਜਾ ਸਕੀ ਵੀ ਕਿਸਾਨ ਅੜੀਏ ਰਵਈਆ ਅਪਣਾ ਰਹੇ ਨੇ ਜਦ ਕਿ ਕਿਸਾਨ ਨਹੀਂ ਅੜੀਏ ਰਵਈਆ ਆ ਰਹੇ ਕੇਂਦਰ ਅਪਣਾ ਰਹੀਆ ਅਰ ਜੇ ਗੱਲ ਵੀ ਕਰਨੇ ਤਾਂ ਕਹਿੰਦੇ ਇਹ ਕਹੋ ਵੀ ਭਾਈ ਗੱਲ ਗੁੱਲ ਕਰਨੀਆਂ ਕਰ ਲੋ ਕਾਨੂੰਨ ਵਾਪਸ ਨਹੀਂ ਲੈ ਜਾਣੇ ਸੋ ਇਹ ਗੱਲਾਂ ਨੇ ਸੋ ਮੋਦੀ ਜੀ ਨੂੰ ਹੱਟ ਧਰਮੀ ਛੱਡ ਕੇ ਜਿਹੜੇ ਭਾਰਤ ਦੇ ਲੋਕਾਂ ਦੀ ਆਵਾਜ਼ ਸੋਣੀ ਚਾਹੀਦੀ ਆ ਜਿੱਥੇ ਦਿੱਲੀ ਵਿੱਚ ਸਾਡਾ ਮੋਰਚਾ ਚੱਲ ਰਿਹਾ ਸੀ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਵੀ ਇਹ ਲੰਮਾ ਚੱਲਣਾ ਅੰਦੋਲਨ ਇਹ ਨਹੀਂ ਮੁੱਕਣ ਵਾਲਾ ਇਸ ਕਰਕੇ ਪਿੰਡਾਂ ਵਿੱਚੋਂ ਫੰਡ ਆਪਣੀ ਵੱਡੀ ਤਿਆਰੀ ਤੇ ਲੜੀ ਲਾਮਬੰਦੀ ਕਰੋ ਸਾਰੇ ਵਰਗਾਂ ਕੋ ਜਾਓ ਇਹ ਕਿਸਾਨੀ ਦਾ ਅੰਤਮ ਅੰਦੋਲਨ ਆ ਤੇਸ ਅੰਦੋਲਨ ਨੂੰ ਹਰ ਕਿਸਮ ਦੇ ਵਿੱਚ ਫਤਿਹ ਕਰਾਂਗੇ ਇਹ ਤੋਂ ਬਗਾਰ ਨਹੀਂ ਮੁੜਾਂਗੇ ਪੰਜਾਬ ਵਿੱਚ ਚੱਲ ਰਹੇ ਅੰਦੋਲਨ ਉਵੇਂ ਪੂਰੀ ਤਰ੍ਹਾਂ ਚੱਲ ਰਹੇ ਆ ਤੇ ਲਗਾਤਾਰ ਜਿਹੜਾ ਵਾ ਹੁਣ ਗਾਂਹ ਕਾਰਪੋਰੇਟ ਕਰਾਣਿਆਂ ਦੇ ਖਿਲਾਫ ਹੋਰ ਅੰਦੋਲਨ ਵਿੱਚ ਤੇਜ਼ੀ ਲਾਵਾਂਗੇ ਔਰ ਲਹਿਰ ਨੂੰ ਹੋਰ ਵੱਡੀ ਕਰਾਂਗੇ ਹਰ ਕਿਸਮ ਦਾ ਜਿਹੜਾ ਕੇਂਦਰ ਦਾ ਵਾਰ ਆ ਉਹਨੂੰ ਨਕਾਮ ਕਰਾਂਗੇ ਜਿਹੜੇ ਫਰਜੀ ਕਿਸਮ ਦੀਆਂ ਜਥੇਬੰਦੀਆਂ ਖੜੀਆਂ ਕਰਕੇ ਬੰਦੇ ਖੜੇ ਕਰਕੇ ਇਹ ਕਿਹਾ ਜਾ ਰਿਹਾ ਪੀ ਆਹ ਬੰਦੇ ਕਾਨੂੰਨ ਦੇ ਹੱਕ ਵਿੱਚ ਆ ਇਹੋ ਜੀ ਕੋਈ ਗੱਲ ਨਹੀਂ ਬਿਲਕੁਲ ਸचेत ਰਹੋ ਸਿਆੜੇ ਬਣ ਕੇ ਰਹੋ ਲਹਿਰ ਇਕ ਮੁਠਿਆ ਸਾਰੇ ਆਗੂ ਇਕ ਮੁਠਿਆ ਕੇਂਦਰ ਦੇ ਖਿਲਾਫ ਇਸੇ ਤਰ੍ਹਾਂ ਜੰਗ ਜਾਰੀ ਰੱਖਾਂਗੇ ਅੰਤ ਨੂੰ ਪੰਜਾਬੀਆਂ ਦੀ ਦੇਸ਼ ਵਾਸੀਆਂ ਦੀ ਜਿੱਤ ਹੋਣੀ ਆ ਮੋਦੀ ਸਰਕਾਰ ਉਹਦੀਆਂ ਨੀਤੀਆਂ ਤੇ ਕਾਰਪੋਰੇਟ ਘਰਾਣੇ ਹਾਰਨਗੇ ਧੰਨਵਾਦ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एन्ना चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटेया विच समाधान फ्री फ्री फ्री, फ्री मियां रफीक मोहम्मद मोबाइल 8437494647 8437494648